ਪੱਛਮੀ ਬੰਗਾਲ ਦੇ ਵਿੱਚ ਮਹਿਲਾ ਡਾਕਟਰ ਨਾਲ ਬਲਾਤਕਾਰ ਅਤੇ ਹੱਤਿਆ ਦੇ ਖਿਲਾਫ਼ ਸਰਕਾਰੀ ਸਿਵਲ ਹਸਪਤਾਲ ਨੰਗਲ ਦੇ ਡਾਕਟਰਾਂ ਅਤੇ ਸਟਾਫ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਨੰਗਲ ਦੇ ਡਾਕਟਰ ਸਮੇਤ ਸਮੁੱਚੇ ਸਟਾਫ਼ ਹੜਤਾਲ 'ਤੇ ਰਿਹਾ ਅਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਧਰਨਾਕਾਰੀਆਂ ਨੇ ਕਿਹਾ ਕਿ ਸਰਕਾਰ ਸੁਰੱਖਿਆ ਵੱਲ ਧਿਆਨ ਦੇਵੇ ਤਾਂ ਹਰ ਹਸਪਤਾਲ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਡਿਊਟੀ ਲਗਾਈ ਜਾਵੇ। ਹਸਪਤਾਲਾਂ ਦੇ ਵਿੱਚ CCTV ਕੈਮਰੇ ਲਗਾਏ ਜਾਣ ਤਾਂ ਜੋ ਅਪਰਾਧੀ ਅਜਿਹੀ ਹਰਕਤ ਕਰਨ ਦੀ ਹਿੰਮਤ ਨਾ ਕਰ ਸਕਣ। ਉਹਨਾਂ ਮੰਗ ਕੀਤੀ ਕਿ ਸਰਕਾਰ ਔਰਤਾਂ ਦੀ ਸੁਰੱਖਿਆ ਲਈ ਸਖਤ ਕਾਨੂੰਨ ਬਣਾਏ ਤਾਂ ਜੋ ਅਜਿਹੀਆਂ ਘਟਨਾਵਾਂ ਮੁੜ ਨਾ ਵਾਪਰਨ। ਪ੍ਰਦਰਸ਼ਨ ਕਰ ਰਹੇ ਡਾਕਟਰਾਂ ਨੇ ਮੰਗ ਕੀਤੀ ਹੈ ਕਿ ਘਟਨਾ ਵਿੱਚ ਸ਼ਾਮਲ ਦੋਸ਼ੀਆਂ ਦੇ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਧਰਨੇ ਕਾਰਨ ਸਰਕਾਰੀ ਹਸਪਤਾਲ ਦੇ ਵਿੱਚ ਸਿਹਤ ਸੇਵਾਵਾਂ ਵੀ ਠੱਪ ਰਹੀਆਂ, ਜਿਸ ਕਾਰਨ ਮਰੀਜ਼ਾਂ ਨੂੰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਦੇਖੋ ਤਸਵੀਰਾਂ ਨੰਗਲ ਸਿਟੀ ਅਪਡੇਟ ਦੇ ਉੱਤੇ ਅਵਿਨਾਸ਼ ਸ਼ਰਮਾ ਦੇ ਨਾਲ। ਹਾਂਜੀ, ਮੈਂ ਡਾਕਟਰ ਨਿਧੀ ਖੰਨਾ ਹੈ, ਇੱਥੇ ਮੈਡੀਕਲ ਆਫਿਸਰ ਹਾਂ। ਮੇਰਾ ਕਹਿਣਾ ਹੈ ਕਿ ਜੇ ਅਸੀਂ ਖੁਦ ਹੀ ਆਪਣੀ ਡਿਊਟੀ ਪਲੇਸ ਅਤੇ ਵਰਕ ਪਲੇਸ 'ਤੇ ਸਿਕਿਓਰ ਨਹੀਂ ਹਾਂ ਤਾਂ ਫਿਰ ਸਾਨੂੰ ਸਿਕਿਉਰਿਟੀ ਪ੍ਰੋਵਾਈਡ ਕਰਨ ਦਾ ਪ੍ਰੋਪਰ ਇੰਤਜ਼ਾਮ ਕੀਤਾ ਜਾਵੇ। ਹਾਂਜੀ, ਸਮਟਾਈਮਸ ਅਸੀਂ ਸਾਰੇ ਹੀ ਫੀਮੇਲ ਸਟਾਫ ਹੁੰਦੇ ਹਾਂ ਐਂਡ ਵੀ ਆਰ ਕੁਆਇਟ ਇਨਸਿਕਿਓਰ ਹੇਅਰ ਅਤੇ ਸਰ ਮੈਨੂੰ ਆਲਮੋਸਟ ਆਪਣੀ ਹਰ ਨਾਈਟ ਡਿਊਟੀ ਵਿੱਚ ਪੁਲਿਸ ਨੂੰ ਕਾਲ ਕਰਨਾ ਪੈਂਦਾ ਕਿਸੇ ਨਾ ਕਿਸੇ ਕਾਰਨ ਤੋਂ। ਪ੍ਰੋਟੈਸਟ ਕੀਤਾ ਗਿਆ ਸਿਵਲ ਹੋਸਪਿਟਲ ਦੇ ਵਿੱਚ, ਆਮ ਆਦਮੀ ਕਲੀਨਿਕ ਦੇ ਵਿੱਚ ਸਾਰੇ ਕਰਮਚਾਰੀ ਪਹੁੰਚੇ, ਕੀ ਹੈਗਾ, ਤੁਸੀਂ ਕੀ ਸਪੋਰਟ ਕਰ ਰਹੇ, ਕਿਉਂ ਕਰ ਰਹੇ? ਹਾਂਜੀ, ਅਸੀਂ ਸਾਰੇ ਆਮ ਆਦਮੀ ਕਲੀਨਿਕ ਐਸੋਸੀਏਸ਼ਨ ਦੇ ਮੈਂਬਰ ਨੇ, ਅਸੀਂ ਸਾਰੇ ਰੋਪੜ ਡਿਸਟ੍ਰਿਕਟ ਦੇ। ਅਸੀਂ ਇਹ ਪ੍ਰੋਟੈਸਟ ਕੀਤਾ ਹੈ ਕਿਉਂਕਿ ਸਾਡੇ ਫੈਲੋ ਕਲੀਗ ਜਿਹੜੇ ਹੈਗੇ ਆ ਵੈਸਟ ਬੰਗਾਲ 'ਚ, ਉਹਨਾਂ ਦਾ ਰੇਪ ਅਤੇ ਬਰੂਟਲੀ ਮਰਡਰ ਕੀਤਾ ਗਿਆ ਹੈ ਅਤੇ ਸਰਕਾਰ ਵੱਲੋਂ ਹਾਲੇ ਤੱਕ ਕੋਈ ਵੀ ਉਹਨਾਂ ਨੂੰ ਇਨਸਾਫ਼ ਨਹੀਂ ਦਿੱਤਾ ਗਿਆ ਹੈ ਅਤੇ ਇਨਸਾਫ਼ ਦੀ ਦੂਰ ਦੀ ਗੱਲ ਹੈ, ਉਹਨਾਂ ਨਾਲ ਜਿਹੜੇ ਡਾਕਟਰ ਪ੍ਰੋਟੈਸਟ ਵੀ ਕਰ ਰਹੇ ਨੇ ਪੀਸਫੁਲੀ, ਉਹਨਾਂ ਦੇ ਉੱਪਰ ਵਾਇਲੈਂਸ ਕੀ ਕੀਤਾ ਜਾ ਰਿਹਾ ਹੈ। ਅਸੀਂ ਇਹ ਪ੍ਰੋਟੈਸਟ ਉਹਨਾਂ ਦੇ ਇਨਸਾਫ਼ ਲਈ ਕਰ ਰਹੇ ਹਾਂ ਅਤੇ ਦੂਸਰੀ ਚੀਜ਼ ਅਸੀਂ ਆਪਣੀ ਸਰਕਾਰ ਤੋਂ ਵੀ ਇਹ ਮੰਗਦੇ ਹਾਂ ਕਿ ਡਾਕਟਰਸ ਨੂੰ, ਫਾਰਮਾਸਿਸਟ ਨੂੰ, ਕਲੀਨਿਕਲ ਅਸਿਸਟੈਂਟਸ ਨੂੰ, ਸਭ ਨੂੰ ਆਪਣਾ ਸੇਫ ਇਨਵਾਇਰਮੈਂਟ ਦਿੱਤਾ ਜਾਵੇ ਤਾਂ ਕਿ ਉਹ ਆਰਾਮ ਨਾਲ ਆਪਣਾ ਕੰਮ ਕਰ ਸਕਣ। ਜਿਹੜੇ ਹੱਥ ਮਰੀਜ਼ਾਂ ਨੂੰ ਹੀਲ ਕਰਨ ਲਈ ਹੈਗੇ ਉਹਨਾਂ ਹੱਥਾਂ 'ਤੇ ਖੂਨ ਨਹੀਂ ਹੋਣਾ ਚਾਹੀਦਾ ਹੈ। ਅਸੀਂ ਇਸ ਚੀਜ਼ ਦੀ ਮੰਗ ਕਰਦੇ ਹਾਂ ਸਰਕਾਰ ਤੋਂ। ਅਤੇ ਦੂਸਰੀ ਗੱਲ, ਅਸੀਂ ਇਸ ਚੀਜ਼ ਦੀ ਮੰਗ ਕਰਦੇ ਹਾਂ ਕਿ ਸੈਂਟਰਲ ਪ੍ਰੋਟੈਕਸ਼ਨ ਐਕਟ ਜੋ 2019 ਵਿੱਚ ਬਿੱਲ ਮੰਗਵਾਇਆ ਗਿਆ ਸੀ ਤਾਂ ਕਿ ਜਿੰਨੇ ਵੀ ਮੈਡੀਕਲ ਫਰਟਰਨਿਟੀ ਹੈਗੀ, ਅਗਰ ਉਹਨਾਂ ਪਰ ਕੋਈ ਅਸੋਲਟ ਹੁੰਦਾ ਹੈ, ਕੋਈ ਹਰਾਸਮੈਂਟ ਹੁੰਦਾ ਹੈ ਔਨ ਪਲੇਸ, ਤਾਂ ਉਹਦੇ ਲਈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ, ਉਸ ਬਿੱਲ ਨੂੰ ਲਾਗੂ ਜਲਦ ਤੋਂ ਜਲਦ ਕੀਤਾ ਜਾਵੇ। ਇਹ ਤਾਂ ਮਰਡਰ ਐਂਡ ਦਾ ਰੇਪ ਐਂਡ ਮਰਡਰ ਦਾ ਕੇਸ ਹੈ ਜਿਹੜਾ ਬੱਚੇ ਦਾ ਹੋਇਆ ਹੈ RG ਮੈਡੀਕਲ ਕਾਲਜ ਕੋਲਕਾਤਾ ਵਿੱਚ, ਉਹਦੇ ਰਿਗਾਰਡਿੰਗ ਆਪਾਂ ਪ੍ਰੋਟੈਸਟ ਕਰ ਰਹੇ ਹਾਂ। ਅਤੇ ਮੇਨ ਇਸ਼ੂ ਇਹ ਹੈ ਕਿ ਉਹਦਾ, ਬਾਕੀ ਤਾਂ ਛੱਡੋ ਕਿ ਹੋਸਪਿਟਲ ਵਿੱਚ ਹੀ ਇਨ ਹੋਸਪਿਟਲ ਪ੍ਰੈਮਿਸਿਸ ਉਹਦਾ ਰੇਪ ਐਂਡ ਮਰਡਰ ਹੋ ਜਾਂਦਾ, ਉਹਦਾ ਕੁਛ ਨਹੀਂ ਕੀਤਾ ਜਾ ਰਿਹਾ ਅਤੇ ਉਹਦੇ ਕਰਕੇ ਆਪਾਂ ਪ੍ਰੋਟੈਸਟ ਕਰ ਰਹੇ ਹਾਂ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਮਤਲਬ ਜੇਲ੍ਹ ਹੋਣੀ ਚਾਹੀਦੀ ਹੈ। ਜਿਹੜੇ ਵੀ ਹਸਪਤਾਲ ਦੇ ਵਿੱਚ ਵੀ ਮਹਿਲਾਵਾਂ ਡਾਕਟਰ ਨੇ, ਰਾਤ ਨੂੰ ਵੀ ਐਮਰਜੈਂਸੀ ਹੁੰਦੀ ਹੈ, ਕਿਵੇਂ ਦੇਖਦੇ ਹੋ? ਸਕਿਉਰਟੀ ਮਿਲਣੀ ਚਾਹੀਦੀ ਹੈ, ਗਵਰਨਮੈਂਟ ਵੱਲੋਂ ਮਿਲਣੀ ਚਾਹੀਦੀ ਹੈ ਜਾਂ ਫਿਰ ਕੋਈ ਵੀ ਜੋ ਕਰਨ ਉਹ, ਕਿ ਸਕਿਉਰਟੀ ਬਹੁਤ ਜ਼ਿਆਦਾ ਜ਼ਰੂਰੀ ਹੈ। ਜਿਹੜੇ ਸਾਡੇ ਫੀਮੇਲ ਸਟਾਫ ਹੈ, ਡਾਕਟਰਸ ਨੇ ਜਾਂ ਫਿਰ ਸਾਡੇ ਮੇਲ ਡਾਕਟਰਸ ਵੀ ਹੈਗੇ, ਉਹਨਾਂ ਨਾਲ ਵੀ ਬਹੁਤ ਜ਼ਿਆਦਾ ਬਦਤਮੀਜ਼ੀ ਕੀਤੀ ਜਾਂਦੀ ਹੈ। ਕਿਸੇ ਵੀ ਗੂੰਜ ਰਾਤ ਨੂੰ ਆ ਜਾਂਦੇ ਨੇ ਦਾਰੂ, ਐਕਚੁਅਲੀ ਦਾਰੂ ਪੀ ਕੇ, ਔਰ ਜਿਹੜੇ ਹੈਗੇ ਚਿੱਟੇ ਦਾ ਨਸ਼ਾ ਕਰਦੇ ਨੇ, ਉਹ ਚੋਰੀ ਕਰਨ ਆਉਂਦੇ ਨੇ ਕੁਛ ਇੱਦਾਂ, ਫਿਰ ਉਹ ਹਰਕਤਾਂ ਕਰਦੇ ਨੇ, ਬਹੁਤ ਗਲਤ ਹਰਕਤਾਂ ਕਰਦੇ ਨੇ, ਫਿਰ ਬਹੁਤ ਜ਼ਿਆਦਾ ਔਖਾ ਹੋ ਰਿਹਾ ਸਾਡੇ ਇੱਥੇ ਸਿਵਲ ਹੋਸਪਿਟਲ ਨੰਗਲ ਵਿੱਚ ਵੀ। ਪ੍ਰੋਟੈਸਟ ਅੱਜ ਦੇ ਦਿਨ ਤਾਂ ਹੈਗਾ ਹੀ ਹੈ, ਅੱਜ ਐਮਰਜੈਂਸੀ ਸੇਵਾਵਾਂ ਸਾਡੀਆਂ ਚੱਲ ਰਹੀਆਂ ਨੇ ਅਤੇ OPD ਸਰਵਿਸਿਜ਼ ਸਾਡੀਆਂ ਸਾਰੀਆਂ ਬੰਦ ਨੇ। ਕੱਲ੍ਹ ਮੋਸਟ ਲਾਈਕਲੀ IMA ਦਾ ਸਾਨੂੰ ਮੈਸੇਜ ਆਇਆ ਹੈ ਕਿ ਕੱਲ੍ਹ ਨੂੰ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਆਲ ਓਵਰ ਇੰਡੀਆ ਇਹ ਪ੍ਰੋਟੈਸਟ ਕੀਤਾ ਜਾ ਰਿਹਾ। ਅੱਜ ਪੰਜਾਬ ਦਾ ਸੀਗਾ ਸਾਡਾ, PCMS ਐਸੋਸੀਏਸ਼ਨ ਵੱਲੋਂ।
ਜੀ, ਮੇਰਾ ਨਾਮ ਡਾਕਟਰ ਪਰਮ ਪ੍ਰਤਾਪ ਸਿੰਘ। ਅੱਜ ਦਾ ਪ੍ਰੋਟੈਸਟ ਜਿਹੜਾ ਉਹ ਇੱਕ ਰੇਪ ਅਤੇ ਮਰਡਰ ਦੇ ਕੇਸ ਨੂੰ ਲੈ ਕੇ ਆਇਆ, ਜਿਹੜਾ ਕਿ ਸਾਡੇ ਫੈਲੋ ਡਾਕਟਰ, ਰੈਜੀਡੈਂਟ ਡਾਕਟਰ ਨਾਲ ਹੋਇਆ ਵੈਸਟ ਬੰਗਾਲ ਦੇ ਵਿੱਚ, ਨਿਊਜ਼ ਦੇ ਵਿੱਚ ਵੀ ਕਾਫੀ ਆ ਰਿਹਾ। ਮੈਂ ਤਾਂ ਜੀ ਸਾਡੀ ਸਾਰਿਆਂ ਦੀ, ਮੇਰੇ ਇਕੱਲੇ ਦੀ ਨਹੀਂ, ਸਾਰਿਆਂ ਦੀ ਹੀ ਮੰਗ ਹੈ ਸਿਕਿਉਰਿਟੀ ਨੂੰ ਲੈ ਕੇ। ਈਵਨ ਸਾਡੇ ਨਾਲ ਵੀ ਇੰਸੀਡੈਂਟਸ ਹੁੰਦੇ ਆ, ਇੱਥੇ ਸਿਵਲ ਹੋਸਪਿਟਲ ਨੰਗਲ ਦੇ ਵਿੱਚ ਵੀ ਕਾਫੀ ਕਾਮਨ ਹੈ ਇੰਸੀਡੈਂਟਸ,